ਗੁਰਸਵਾਰੀ ਗੁਰੂ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਭਾਈ ਮਹਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਅੱਜ ਸ਼ਾਮ ਦੇ ਦੀਵਾਨ ਦੇ ਵਿੱਚ ਵੀ ਕੀਰਤਨ ਦਰਬਾਰ ਦੇ ਵਿੱਚ ਭਾਈ ਸਾਹਿਬ ਜੀ ਹਾਜ਼ਰੀ ਪਾ ਰਹੇ ਹਨ। ਧੰਨਵਾਦੀ ਹਾਂ ਜਿਨ੍ਹਾਂ ਨੇ ਉਚੇਚੇ ਤੌਰ 'ਤੇ ਸੰਤ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਨੂੰ ਅਮਰ ਬਾਣੀ ਦਾ ਕੀਰਤਨ ਸਰਵਣ ਕਰਵਾਇਆ। ਹੁਣ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਅੱਜ ਪੌਣੇ ਘੰਟੇ ਵਾਸਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਅੱਜ ਸਾਰੀ ਸੰਗਤ ਦੀ ਸੇਵਾ ਦੇ ਵਿੱਚ ਬੇਨਤੀ ਹੈ, ਜਿਸ ਮਹਾਨ ਸੰਤ ਸੂਰੇ ਦਾ ਅਸੀਂ ਅੱਜ ਇਹ ਮਨਾ ਰਹੇ ਹਾਂ, ਇਹ ਸੰਤ ਸਮਾਗਮ ਮਨਾ ਰਹੇ ਹਾਂ, ਉਹਨਾਂ ਦਾ ਜੀਵਨ ਸੰਤ ਤੇਜਾ ਸਿੰਘ ਜੀ ਮਹਾਰਾਜ ਜੀ ਨੇ ਲਿਖਿਆ ਹੈ। ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣੇ ਜੀ, ਬ੍ਰਹਮ ਗਿਆਨੀ ਦਾ ਜੀਵਨ ਇੱਕ ਬ੍ਰਹਮ ਗਿਆਨੀ ਨੇ ਲਿਖਿਆ ਹੈ ਔਰ ਕਲਗੀਧਰ ਦੱਸ ਨੇ ਉਸ ਨੂੰ ਦੋ ਭਾਗਾਂ ਦੇ ਵਿੱਚ ਛਾਪਿਆ ਹੈ। ਸਾਰੀ ਸੰਗਤ ਦੀ ਸੇਵਾ ਵਿੱਚ ਬੇਨਤੀ ਹੈ, ਸੰਤ ਜੀ ਮਹਾਰਾਜ ਦਾ ਜੀਵਨ ਪੜ੍ਹਨਾ ਸਾਡੇ ਵਾਸਤੇ ਅੱਜ ਲਾਜ਼ਮੀ ਹੈ। ਉਹਨਾਂ ਦਾ ਜੀਵਨ ਪੜ੍ਹੀਏ ਤਾਂ ਜੋ ਸਾਨੂੰ ਪਤਾ ਲੱਗੇ ਕੀ ਪਰਉਪਕਾਰ ਹਨ, ਕੀ ਉਹਨਾਂ ਨੇ ਸਿੱਧ ਜਗਤ ਵਾਸਤੇ ਕੀਤਾ, ਕੀ ਉਹਨਾਂ ਦੇ ਆਸ਼ੇ ਸਨ, ਕੀ ਉਹਨਾਂ ਨੇ ਆਪਣੇ ਸਾਹਮਣੇ ਉਦੇਸ਼ ਰੱਖੇ ਸਨ। ਸਵਾਦ ਜੋੜ ਕੇ ਬੇਨਤੀ ਹੈ, ਅੱਧੀ ਕੀਮਤ ਦੇ ਬਾਹਰ ਸਟਾਲ ਦੇ ਵਿੱਚ ਇਹ ਸੰਤਾਂ ਦਾ ਜੀਵਨ ਮਿਲਦਾ ਹੈ। 60 ਰੁਪਏ ਦਾ ਜੀਵਨ ਦੋ ਭਾਗਾਂ ਦੇ ਵਿੱਚ ਸਾਡੇ ਕੋਲ ਇੱਥੇ ਹਾਜ਼ਰ ਹੈ। ਹਰ ਸਾਲ ਇਸ ਸਮਾਗਮ ਦੇ ਵਿੱਚ ਅੱਧੀ ਕੀਮਤ ਦੇ ਉੱਪਰ ਇਹ ਜੀਵਨ ਇੱਥੇ ਸੰਗਤਾਂ ਵਾਸਤੇ ਦਿੰਦੇ ਹਨ। ਸਾਰੇ ਜੀਵਨ ਲੈ ਕੇ ਜਾਓ, ਪੜ੍ਹੋ, ਕਿੰਨਾ ਵਿਰਾਗ ਆਏਗਾ, ਆਪ ਕਿਤੇ ਨਜ਼ਰ ਆਓਗੇ। ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਹਾਜ਼ਰ ਹਨ, ਪੌਣੇ ਘੰਟੇ ਵਾਸਤੇ ਆਪ ਨੂੰ ਕੀਰਤਨ ਲਈ ਤਿਆਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Yeah.
Thank you.
Namaste.
Oh, yeah.
Oh, you got that, sir. Oh, you got that, sir.